देश दुनिया की हर वड्डी खबर लई हुणे डाउनलोड करो नंबर 1 न्यूज़ ऐप दैनिक सवेरा टाइम्स। ये लड़ाई सिर्फ किसानों की नहीं, ये सिर्फ उन्होंने संघर्ष नहीं है, हर एक इंसान का संघर्ष है। और जिहड़ा खास करके रोटी नाल जुड़िया होया, और रोटी नाल आपां सारे जुड़े हुए हैं, तो अपने अन्नदाते की रिस्पैक्ट करनी चाहिए। और अज जे अन्नदाते ते इन्नी मुश्किल आ रही है, तो आपां नूं भी वध चढ़ के नाल साथ देना चाहिए। असीं कोई मंग नहीं रखी हुई, असीं सिर्फ ये कह रहे हैं कि जो ਤੁਸੀਂ ਸਾਨੂੰ ਦੇ ਰਹੇ ਹੋ ਉਹ ਸਾਨੂੰ ਨਹੀਂ ਚਾਹੀਦਾ, ਤਾਂ ਤੁਸੀਂ ਵਾਪਸ ਲੈ ਲਓ। ਸਿੰਪਲ ਜੀ ਗੱਲ ਆ, ਸਿੰਪਲ ਸ਼ਬਦਾਂ ਵਿੱਚ। ਜਿਹੜੇ ਉਲਟ ਨੇ ਉਹ ਇਹ ਮੌਕੇ ਇੰਡਿਊਸ ਕਰਨਾ ਚਾਹੁੰਦੇ ਵੀ ਇਹ ਆਹ ਗਲਤ ਕਰ ਰਹੇ, ਅੱਤਵਾਦੀ ਆ ਜੀ, ਇਹ ਫਲਾਣੇ ਆ ਜੀ, ਇੱਦਾਂ ਦੀਆਂ ਤੋਹਮਤਾਂ ਲਗਾ ਰਹੇ ਨੇ, ਐਲੀਗੇਸ਼ਨਸ ਲਗਾ ਰਹੇ ਨੇ, ਜਿਹੜੇ ਕਿ ਬੇਬੁਨਿਆਦ ਹੈ, ਸੱਚ ਨਹੀਂ ਹੈਗਾ ਇਹਦੇ। ਖਾਸ ਕਰਕੇ ਬੇਨਤੀ ਹੈ ਵੀ ਆਪਾਂ ਉਹਨਾਂ ਨੂੰ ਸ਼ਾਂਤਮਈ ਢੰਗ ਨਾਲ ਉਹਨੂੰ ਆਪਾਂ ਉਹਦਾ ਹਿੱਸਾ ਬਣਨਾ ਆ, ਨਹੀਂ ਤਾਂ ਜਿਹੜੀ ਇੰਨੀ ਉਹਨਾਂ ਨੇ ਮਿਹਨਤ ਕੀਤੀ ਆ ਔਰ ਅੱਜ ਵੀ ਉਹ ਸੰਘਰਸ਼ ਜਿਹੜਾ ਉਹ ਜਾਰੀ ਆ, ਇਹ ਸਾਰੇ ਦਾ ਪਾਣੀ ਫਿਰ ਜਾਣਾ ਜੇ ਆਪਾਂ ਕੋਈ ਵੀ ਥੋੜ੍ਹੀ ਵੀ ਗਲਤੀ ਕਰ ਬੈਠੇ, ਕਿਉਂਕਿ ਇਹ ਇਸੇ 'ਚ ਫਿਰ ਸਰਕਾਰ ਦੀ ਜਿੱਤ ਹੋਏਗੀ ਕਿ ਅਸੀਂ ਤਾਂ ਇਹਨਾਂ 'ਤੇ ਲੱਭਦੇ ਪਏ ਸੀ ਕਿਹੜੀਆਂ ਐਲੀਗੇਸ਼ਨਸ ਲਾਈਏ, ਤਾਂ ਆਪ ਗਲਤ ਵਾਇਲੈਂਸ ਕ੍ਰੀਏਟ ਕਰਕੇ ਬੈਠੇ ਹੋਏ ਆ। ਸੋ ਉਹਨਾਂ ਚੀਜ਼ਾਂ ਤੋਂ ਦੂਰ ਰਹੀਏ, ਸਿਰਫ ਮੁੱਦੇ ਦੀ ਗੱਲ ਕਰੀਏ। ਕਿਸਾਨ ਸੰਗਠਨ ਨੂੰ ਸਮਰਥਨ ਦੇਣ ਲਈ ਅੱਜ ਸਿੰਘੂ ਬਾਰਡਰ ਦੇ ਉੱਤੇ ਜਪਜੀ ਖਹਿਰਾ ਜੀ ਪਹੁੰਚੇ, ਉਹਨਾਂ ਨਾਲ ਗੱਲਬਾਤ ਕਰਦੇ। ਅੱਜ ਤੁਸੀਂ ਕਿਸਾਨਾਂ ਨੂੰ ਸਮਰਥਨ ਦੇਣ ਲਈ ਆਏ ਹੋ, ਕੀ ਕਹਿਣਾ? ਮੈਂ ਕੀ ਕਹਿਣਾ ਚਾਹੁੰਦੀ ਹਾਂ, ਮੈਂ ਇਹੀ ਕਹਿਣਾ ਚਾਹੁੰਦੀ ਹਾਂ ਵੀ ਜਿੰਨੇ ਜਾਣੇ ਵੀ ਸ਼ੁਰੂ ਤੋਂ ਇਸ ਸੰਘਰਸ਼ ਦੇ ਵਿੱਚ ਜੁੜੇ ਨੇ, ਆਪਣਾ ਯੋਗਦਾਨ ਪਾ ਰਹੇ ਨੇ, ਬਜ਼ੁਰਗਾਂ ਤੋਂ ਲੈ ਕੇ ਮਾਵਾਂ, ਸਾਡੇ ਈਵਨ ਛੋਟੇ ਬੱਚੇ ਵੀ ਹੁਣ ਆ ਚੁੱਕੇ ਨੇ, ਤੋ ਉਹਨਾਂ ਸਾਰਿਆਂ ਦਾ ਤਾਂ ਪਹਿਲਾਂ ਮੈਂ ਦਿਲ ਤੋਂ ਉਹਨਾਂ ਨੂੰ ਧੰਨਵਾਦ ਕਹਿੰਦੀ ਹਾਂ, ਕਿਉਂਕਿ ਇਹ ਲੜਾਈ ਸਿਰਫ ਕਿਸਾਨਾਂ ਦੀ ਨਹੀਂ, ਇਹ ਸਿਰਫ ਉਹਨਾਂ ਦਾ ਸੰਘਰਸ਼ ਨਹੀਂ ਹੈ, ਹਰ ਇੱਕ ਇਨਸਾਨ ਦਾ ਸੰਘਰਸ਼ ਆ। ਔਰ ਜਿਹੜਾ ਖਾਸ ਕਰਕੇ ਰੋਟੀ ਨਾਲ ਜੁੜਿਆ ਹੋਇਆ, ਔਰ ਰੋਟੀ ਨਾਲ ਆਪਾਂ ਸਾਰੇ ਜੁੜੇ ਹੋਏ ਹਾਂ, ਅਤੇ ਆਪਣੇ ਅੰਨਦਾਤੇ ਦੀ ਰਿਸਪੈਕਟ ਕਰਨੀ ਚਾਹੀਦੀ ਹੈ। ਔਰ ਅੱਜ ਜੇ ਅੰਨਦਾਤੇ 'ਤੇ ਇੰਨੀ ਮੁਸ਼ਕਲ ਆ ਰਹੀ ਆ, ਤਾਂ ਆਪਾਂ ਨੂੰ ਵੀ ਵੱਧ ਚੜ੍ਹ ਕੇ ਨਾਲ ਸਾਥ ਦੇਣਾ ਚਾਹੀਦਾ, ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਅਗਰ ਇੱਦਾਂ ਹੀ ਚੱਲਦਾ ਰਿਹਾ, ਤਾਂ ਆਉਣ ਵਾਲਾ ਸਮਾਂ ਜਿਹੜਾ ਕਿਸਾਨਾਂ ਲਈ, ਅਤੇ ਛੱਡੋ ਜਿਹੜੇ ਆਪਾਂ ਰੋਟੀ ਖਾਂਦੇ ਹਾਂ, ਸਾਡੇ ਲਈ ਵੀ ਬਹੁਤ ਜ਼ਿਆਦਾ ਹੋਣ ਵਾਲਾ ਵਾ ਪ੍ਰੋਬਲਮੈਟਿਕ। ਕਿਸਾਨਾਂ ਦੀ ਕਈ ਮੀਟਿੰਗਾਂ ਕੇਂਦਰ ਸਰਕਾਰ ਦੇ ਜਿਹੜੇ ਨੁਮਾਇੰਦੇ ਉਹਨਾਂ ਨਾਲ ਹੋ ਗਈਆਂ, ਕੇਂਦਰ ਸਰਕਾਰ ਦੇ ਪ੍ਰਤੀ ਤੁਹਾਡਾ ਕੀ ਕਹਿਣਾ? ਕੇਂਦਰ ਸਰਕਾਰ ਦੇ ਨਾਲ ਕਾਫੀ ਮੀਟਿੰਗਸ, ਨੋ ਡਾਊਟ, ਕੱਲ੍ਹ ਆਈ ਥਿੰਕ 10ਵੀਂ ਮੀਟਿੰਗ, ਅੱਜ ਵੀ ਇੱਕ ਹੋ ਕੇ ਹਟੀ ਆ, ਅਤੇ ਕੋਈ ਵੀ ਸਿੱਟਾ ਨਹੀਂ ਨਿਕਲਦਾ, ਹਰ ਵਾਰੀ ਬਸ ਬਿਨਾਂ ਕਿਸੇ ਸਲੂਸ਼ਨ ਤੋਂ ਹੀ ਵਾਪਸ ਆਉਣਾ ਪੈਂਦਾ ਆ, ਅਤੇ ਸਾਨੂੰ ਬੁਲਾਉਂਦੇ ਆ, ਅਸੀਂ ਜਾਂਦੇ ਹਾਂ ਮੀਟਿੰਗਸ 'ਤੇ। ਅਸੀਂ ਕੋਈ ਮੰਗ ਨਹੀਂ ਰੱਖੀ ਹੋਈ, ਅਸੀਂ ਸਿਰਫ ਇਹ ਕਹਿ ਰਹੇ ਹਾਂ ਕਿ ਜੋ ਤੁਸੀਂ ਸਾਨੂੰ ਦੇ ਰਹੇ ਹੋ ਉਹ ਸਾਨੂੰ ਨਹੀਂ ਚਾਹੀਦਾ, ਤਾਂ ਤੁਸੀਂ ਵਾਪਸ ਲੈ ਲਓ। ਸਿੰਪਲ ਜੀ ਗੱਲ ਆ, ਸਿੰਪਲ ਸ਼ਬਦਾਂ 'ਚ। 26 ਤਰੀਕ ਨੂੰ ਟਰੈਕਟਰ ਰੈਲੀ ਕੀਤੀ ਜਾ ਰਹੀ ਹੈ, ਕੇਂਦਰ ਸਰਕਾਰ ਨੇ ਇਹਦਾ ਜਿਹੜਾ ਫੈਸਲਾ ਕੋਰਟ ਦੇ ਉੱਤੇ ਦਿੱਤਾ ਸੀਗਾ, ਕੋਰਟ ਨੇ ਇਹ ਦਿੱਲੀ ਪੁਲਿਸ ਨੂੰ ਦੇ ਦਿੱਤਾ, ਇਸ ਬਾਰੇ ਤੁਹਾਡਾ ਕੀ ਕਹਿਣਾ? ਹਾਂਜੀ, ਦਿੱਲੀ ਪੁਲਿਸ ਨੂੰ ਦਿੱਤਾ, ਔਰ ਉਹਨਾਂ ਨੇ ਆਪਣੇ ਨਾਲ ਚੀਜ਼ਾਂ ਲਾਗੂ ਕੀਤੀਆਂ ਕਿ ਇੰਨੇ ਇੰਨੇ ਬੰਦੇ ਆ ਸਕਦੇ ਆ, ਜਾਂ ਰਿੰਗ ਰੋਡ ਦੇ ਉੱਥੇ ਤੁਸੀਂ ਕਰ ਸਕਦੇ ਹੋ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੇ ਕਹੀਆਂ ਨੇ। ਦੇਖੋ, ਸਰਕਾਰ ਨੇ ਤਾਂ ਪੂਰੀ ਕੋਸ਼ਿਸ਼ ਕਰਨੀ ਆ, ਹਾਲਾਂਕਿ ਅਸੀਂ ਕਹਿ ਵੀ ਰਹੇ ਹਾਂ ਕਿ ਅਸੀਂ ਬਹੁਤ ਪੀਸਫੁਲੀ ਕਰਾਂਗੇ, ਕਿਉਂਕਿ ਸਾਡਾ ਐਵੀਡੈਂਟ ਵੀ ਆ ਇਹ, ਦੇਖ ਲਓ ਇੰਨੇ ਮਹੀਨਿਆਂ ਦੇ ਇੱਥੇ ਸੜਕਾਂ 'ਤੇ ਬੈਠੇ ਹਾਂ, ਔਰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਆ ਕਿਸੇ ਨੂੰ, ਉਲਟਾ ਅਸੀਂ ਦੂਸਰਿਆਂ ਦੀ ਸੇਵਾ ਹੀ ਕਰ ਰਹੇ ਹਾਂ, ਲੰਗਰ ਹੀ ਛਕਾ ਰਹੇ ਹਾਂ ਜਿਹੜੇ ਇੱਥੋਂ ਦੇ ਲੋਕਲ ਲੋਕ ਆ। ਆਪ ਤਾਂ ਅਸੀਂ ਬਾਅਦ ਚੋਂ ਖਾਂਦੇ, ਪਹਿਲਾਂ ਸਾਡੇ ਜਿਹੜੇ ਵੀਰ ਭਾਈ ਜਿੰਨੇ ਮਾਤਾਵਾਂ ਇੱਥੇ ਸੇਵਾ ਕਰਦੀਆਂ, ਉਹ ਲੰਗਰ ਪਾਣੀ ਲਾ ਕੇ ਰੱਖਿਆ ਹੋਇਆ ਉਹਨਾਂ ਨੇ ਦੂਜਿਆਂ ਵਾਸਤੇ। ਸੋ ਸ਼ਿਕਾਇਤ ਦਾ ਤਾਂ ਇੱਦਾਂ ਤਾਂ ਕੋਈ ਮੌਕਾ ਨਹੀਂ, ਉਹ ਤਾਂ ਗੱਲ ਵੱਖਰੀ ਹੈ ਕਿ ਹੁਣ ਜਿਹੜੇ ਉਲਟ ਨੇ ਉਹ ਇਹ ਮੌਕੇ ਇੰਡਿਊਸ ਕਰਨਾ ਚਾਹੁੰਦੇ ਵੀ ਇਹ ਆਹ ਗਲਤ ਕਰ ਰਹੇ, ਅੱਤਵਾਦੀ ਆ ਜੀ, ਇਹ ਫਲਾਣੇ ਆ ਜੀ, ਇੱਦਾਂ ਦੀਆਂ ਤੋਹਮਤਾਂ ਲਗਾ ਰਹੇ ਨੇ, ਐਲੀਗੇਸ਼ਨਸ ਲਗਾ ਰਹੇ ਨੇ ਜਿਹੜੇ ਕਿ ਬੇਬੁਨਿਆਦ ਹੈ, ਸੱਚ ਨਹੀਂ ਹੈਗਾ ਇਹਦੇ 'ਚ। ਸਿਰਫ ਇੰਨਾ ਕਹਿ ਰਹੇ ਹਾਂ ਕਿ ਕਿਸਾਨ ਦੀ ਗੱਲ ਆ, ਫਸਲਾਂ ਦੇ ਫੈਸਲੇ ਜਿਹੜੇ ਆ ਉਹ ਕਿਸਾਨ ਕਰੂਗਾ। ਅਤੇ ਰਹੀ ਗੱਲ, ਤੁਸੀਂ ਜਿੱਦਾਂ ਪੁਲਿਸ ਦੀ ਗੱਲ ਕੀਤੀ ਆ, ਦਿੱਲੀ ਦੀ ਗੱਲ ਕੀਤੀ, ਆਈ ਥਿੰਕ ਉਹਨਾਂ ਨੂੰ ਵੀ ਦੇ ਸ਼ੁੱਡ ਅਲਾਓ ਅਸ ਟੂ ਕਮ ਦੇਅਰ, ਜਦੋਂ ਅਸੀਂ ਖੁਦ ਕਹਿ ਰਹੇ ਹਾਂ ਕਿ ਅਸੀਂ ਸਾਰਾ ਕੁਛ ਪੀਸਫੁੱਲ ਰੱਖਾਂਗੇ, ਔਰ ਹੁਣ ਤੱਕ ਐਵੀਡੈਂਟ ਵੀ ਆ, ਔਰ ਇੱਥੇ ਆਣ ਕੇ ਲੋਕ ਕਾਫੀ ਵਿਟਨੈਸ ਵੀ ਕਰਕੇ ਗਏ ਕਿ ਤੁਹਾਡੇ ਬਾਰੇ ਤਾਂ ਫਲਾਨੀਆਂ ਫਲਾਨੀਆਂ ਅਫਵਾਹਾਂ ਫੈਲਾਈਆਂ ਜਾਂਦੀਆਂ ਕਿ ਤੁਸੀਂ ਅੱਤਵਾਦੀ ਹੋ ਜੀ, ਤੁਸੀਂ ਦੇਸ਼ ਦਰੋਹੀ ਹੋ, ਯੇ ਹੋ ਵੋ, ਅਤੇ ਪਰ ਇੱਥੇ ਆਣ ਕੇ ਜੇ ਤੁਸੀਂ ਵੇਖੀਦਾ ਇੱਥੇ, ਤਾਂ ਤੁਸੀਂ ਉਹੀ ਭੋਲੇ ਭਾਲੇ ਕਿਸਾਨ ਹੋ ਜਿਹੜੇ ਬਸ ਆਪਣੇ ਸੱਚ ਦੇ ਹੱਕ ਲਈ ਲੜ ਰਹੇ ਹੋ ਤੁਸੀਂ। ਅਤੇ ਸੋ ਇੱਦਾਂ ਦਾ ਮੈਨੂੰ ਲੱਗਦਾ ਨਹੀਂ ਹੈ ਕਿ ਇੱਦਾਂ ਦੀਆਂ ਚੀਜ਼ਾਂ ਫੈਲਾਉਣੀਆਂ ਚਾਹੀਦੀਆਂ, ਬਟ ਉਹ ਆਪਣਾ ਕੰਮ ਕਰ ਰਹੇ ਨੇ, ਅਸੀਂ ਆਪਣਾ ਕੰਮ ਕਰੀ ਜਾਵਾਂਗੇ। ਤੁਹਾਨੂੰ ਲੱਗਦਾ ਕਿ 26 ਤਰੀਕ ਨੂੰ ਕਿਸਾਨਾਂ ਨੂੰ ਐਂਟਰ ਕਰਨ ਦੇਣਗੇ ਪੁਲਿਸ ਪ੍ਰਸ਼ਾਸਨ?
देखो कल एक मीटिंग होएगी उतों आई थिंक काफ़ी ज़्यादा कलैरिटी होएगी तो उस बाद ही ये कुछ बोलना आई थिंक ठीक रहेगा बट हूँ तक जिनी कि इनफॉर्मेशन हैगी ही है कि आप असी एज एन आर्टिस्ट मैं यही हाथ जोड़ के बेनती कर सकती हाँ कि हूँ तक अपने बजुर्गों ने इतने इन्ना संघर्ष किया शहीदियाँ भी किनिया हुई सो उन्होंने खातिर आप जी ट्रैक्टर रैली हैगी नौजवानों खास करके बेनती है भी आप शांतमई ढंग आप हिस्सा बनना आ नहीं तो जी इन्नी उन्होंने मेहनत की आ और अज भी संघर्ष जोड़ा वो जारी आ इस सारे तो पानी फिर जाना जे आप कोई भी थोड़ी भी गलती कर बैठे क्योंकि इस फिर सरकार की जित होएगी कि असी तो इन्हें लभते पे कि एलीगेशन लाई है तो आप ही गलत वायलेंस क्रिएट करके बैठे हुए हैं सो उन्होंने चीज़ों तो दूर रही है सिर्फ मुद्दे की गल करिए 26 तरीक में तू जी ट्रैक्टर रैली हो रही है तुम समर्थन कर रहे हो या तुम खुद भी शमूलियत कर पहुंचे जी मैं डेफिनेटली अगर मैं चाहती तो मैं अज नहीं भी आँगी कि मैं चलो 26 नूं जाना जी मैनू अज जाने की लोड़ पई है बट मैनू एक किसान की धी हाँ मैं तो मैनू दिलों इस चीज़ के नाल मैं जुड़ी हुई हाँ सो डेफिनेटली जिते जिते लोड़ पेगी पूरी कोशिश होगी कई पंजाबी सिंगर ने किसानी संगठन के उत्ते गीत भी लिखे है तुसी भी कोई गीत लिखे है मैं लिखती नहीं हाँ या गाया मैं गाँवी भी नहीं हाँ मैं सिर्फ फिल्मों च काम करती हाँ पर हाँ मैं पहली बारी कोई गाना किया म्यूजिक वीडियो जिन्हों आप कह दई दा परसों ही गाना वो रिलीज़ होया ते वो गाना हैगा बॉर्डर तो हर्फ चीमा जी ने उन्होंने गाया तो नाल गुरलेज़ अख्तर ने गाया वो गाणा बहुत खूबसूरत है ये जो हालात चल रहे हैं ये तो उन्होंने गाना गाया और उदे च मैं फीचर किया तो बॉर्डर गाने का नाम और वो बयान करता जो अजकल दे हालात चल रहे ने और पहली बारी इदा होया कि जिहड़ी लेडी आ वह गाने दे विच ये गल कह रही है कि सिर्फ तुसी नहीं असी भी बीबियाँ भी थोड़े नाल चल दियाँ जे सानू न्याणे भी अपने नाल लैके जाने पैंदे तां असी भी नाल चलांगे ट्रैक्टर जिहड़ी रैली हो रही है उहदे लई असी स्पैशल 26 जिहड़ी डेट हैगी जनवरी उहदे लई असी ये एक छोटी जी कोशिश की आ कि सारे नू सुने गाने दे राही देण लई कि तुसी हुम हुम आके पहुँचो तो पीसफुली शांतमई तरीके नाल आपां जिहड़ी रैली आ उधर उहदा हिस्सा बणीए कई पंजाबी सिंगरां नूं ते जिहड़े इत्थे जिहड़ी सेवा कर रहे आ उहनां नूं NIE वल्लों नोटिस कीता दित्ता गया फंडिंग नूं लैके जी 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 और आई थिंक जिहड़ियां अपनियां किसान जथियां बंदियां ने जिहड़े अपने आगू ने उहनां ने गल कही आ वी अजे किते जाण दी लोड़ नहीं हैगी तो उह वी नाल ने सो एक दूजे दा साथ आ एकजुट होकर चलांगे तो बहुत अगे तक आप जी लड़ाई है लड़ सकते हैं सो ये चीज़ा नहीं होनिया चाहिए मुद्दे तो भटकाने की कोशिश की जा रही है हर तरह के उन्होंने ट्राइया मारिया स्कीम लाइया एजेंडे क्रिएट किए ताकि डीरेल किया जाए इस प्रोटेस्ट तो सारियां और साडा साथ भी एक दूजे का तोड़न की कोशिश की है पाड़न की कोशिश की है बट ये भी आई थिंक ये भी एक चीज़ का पार्ट है ये भी आया तो दैट्स इट मतलब आई होप कि यह सैटल हो जाएगा और जिहड़े कलाकारां नाल ये चीज़ हो रही है जथेबंदियां जिहड़ियां ने वो नाल खड़ियां ने सपोर्ट कर रही जे कलाकार खड़े ने तो नाल जथेबंदियां भी नाल पूरा एक दूजे नाल एकता और एकजुट दे नाल ये जिहड़ा संघर्ष है लड़िया जा रहा सो जिहड़ी कि बहुत वधिया गल आ दैनिक सवेरे नाल गलबात करने बहुत बहुत शुक्रिया थैंक यू सो मच सत श्रीकाल ये सी जी खैरा जी जिन्होंने दसिया कि जिहड़ा 26 तरीक नूं ट्रैक्टर रैली की जा रही है ये उन्हां दा समर्थन कर रहे करदे आ कैमरामैन रविंद्रना विनय शर्मा दैनिक सवेरा टीवी सिंभू बॉर्डर ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक इन्हां चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटियां विच समाधान फ्री 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 मियां रफीक मोहम्मद मोबाइल 84374 94647 84374 94648